हम क्या बिगाड़ रहे हैं, 20,000 रुपए का चलान कर रहे हो आप लोग, किस बात पे? सबसे बड़ी बात, चंडीगढ़ ट्रैफिक पुलिस को बोलने का तरीका बिल्कुल नहीं है। इतना गलत बिहेव करती है जैसे हम लोग बिना मतलब वीजा के पाकिस्तान से आए हुए हैं, इस प्रकार का बिहेव हमारे साथ करती है। बिना नंबर के ई रिक्शा चंडीगढ़ में चल रहे हैं, बिना नंबर के, और वो 8-8 सवारी 9-9 सवारी बिठा रहे हैं। ऊपर भी माल है, नीचे भी माल है, उनका कोई चलान नहीं है। 4 बच्चों का चलान कर रहे हैं और बड़े इन्होंने हाथ पैर भी जोड़े और क्या कहा इन्होंने, जब प्रधान जी का नाम लिया तो वो क्या बोलते हैं बड़े एटीट्यूड में कि तेरा चलान तो बाद में करूंगा, पहले तेरे प्रधान की गाड़ी बंद करूंगा। मैं बस इतना ही कहना चाहता हूँ कि आपकी बॉडी पर सर वर्दी है, हम वर्दी की इज्जत करते हैं। अगर वर्दी ना होती तो आप जहाँ दिल करे ना वहाँ, चैलेंज है आपको हमारा। हमारे भी माँ ने दूध पिलाया है। जिस प्रकार से ट्रैफिक पुलिस आज चंडीगढ़ के ऑटो वालों को गालियां देती है, थप्पड़ मारती है, बहुत बहुत इतना ज्यादा परेशान है। पहली गलता जी ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਹਰ ਵਾਰੀ ਸਾਡੀ ਗਰੀਬਾਂ ਦੀ ਆਵਾਜ਼, ਮਜ਼ਦੂਰਾਂ ਦੀ ਆਵਾਜ਼ ਤੇ ਡਰਾਈਵਰਾਂ ਦੀ ਆਵਾਜ਼ ਚੱਕਣ ਲਈ ਆਉਂਦੇ ਹੋ ਤੇ ਸਾਡੇ ਦੇਸ਼ ਦਾ ਸਤੰਭ ਹੋ। ਬੇਨਤੀ ਇਹੀ ਹੈ ਜੀ, ਸਾਡੀ ਜਿਹੜੀ ਆ ਇੱਕ ਲੈਟਰ ਹੈ ਸਾਡੇ ਕੋਲ, ਆ ਦੇਖੋ ਜੀ, ਵਾਰ ਵਾਰ ਲੈਟਰ ਤੇ ਅਸੀਂ, ਸਾਡਾ ਮਿਨੀਮਮ ਰੇਟ ਅੱਜ ਤੱਕ ਸੈੱਟ ਨਹੀਂ ਹੋ ਚੁੱਕਿਆ ਜੀ। 2 ਸਾਲ ਤੋਂ ਮੈਂ ਵੀ ਭੁੱਖ ਹੜਤਾਲ ਕਰਕੇ ਦੇਖ ਲਈ ਤੇ ਸਾਰੇ ਡਰਾਈਵਰਾਂ ਨੇ ਹੜਤਾਲਾਂ ਕਰਕੇ ਦੇਖ ਲਈਆਂ ਜੀ, ਕੋਈ ਮਤਲਬ ਨਹੀਂ। 23 ਤਰੀਕ ਨੂੰ ਪਿੱਛੇ ਵੀ ਆਪਾਂ ਪ੍ਰੋਟੈਸਟ ਕਰਕੇ ਹਟੇ ਹਾਂ ਜੀ, ਡਰਾਈਵਰ ਸਾਡੇ, ਇੱਕ ਸੀਨੀਅਰ ਸਾਡੇ ਆਗੂ ਹੋਰ ਵੀ ਸੀਗੇ, ਤੇ ਉਹਦੇ 'ਤੇ ਵੀ ਕੋਈ ਸਲੂਸ਼ਨ ਨਹੀਂ ਹੋਇਆ। ਮਿਨੀਮਮ ਰੇਟ ਸਾਡਾ ਅੱਜ ਤੱਕ ਤੈਅ ਨਹੀਂ ਹੋ ਰਿਹਾ ਜੀ। ਹਿਮਾਚਲ 'ਚ ਸਾਡੇ ਨਾਲ ਕੁੱਟਮਾਰ ਹੋ ਰਹੀ ਹੈ, ਉਹ ਸਾਨੂੰ ਉੱਥੋਂ ਸਵਾਰੀ ਨਹੀਂ ਚੱਕਣ ਦਿੰਦੇ ਆਪਣੀ ਸਟੇਟ 'ਚ, ਸਾਡੇ ਸਟੇਟ 'ਚੋਂ ਸਵਾਰੀਆਂ ਚੱਕ ਕੇ ਲੈ ਕੇ ਜਾ ਰਹੇ ਆ ਔਰ ਸਾਨੂੰ ਚੈਲੇਂਜ ਕਰ ਰਹੇ ਆ ਕਿ ਤੁਹਾਡੇ ਤੋਂ ਦਮ ਹੈਗਾ ਤਾਂ ਕਰ ਲਓ। ਪ੍ਰਸ਼ਾਸਨ ਸਾਡਾ ਸਾਥ ਨਹੀਂ ਦਿੰਦਾ, ਕਿਉਂਕਿ ਜੇ ਅਸੀਂ ਉਹਨੂੰ ਰੋਕਦੇ ਹਾਂ ਪ੍ਰਸ਼ਾਸਨ ਸਾਡੇ ਖਿਲਾਫ ਕਾਰਵਾਈ ਕਰਦਾ, ਚਾਹੇ ਉਹ ਪੁਲਿਸ ਕਾਰਵਾਈ ਹੋਵੇ, ਚਾਹੇ ਉਹ ਚਲਾਨਿੰਗ ਹੋਵੇ। ਸਾਡਾ ਰੇਟ ਨਹੀਂ ਹੋ ਰਿਹਾ ਜੀ। ਬਾਈਕ ਟੈਕਸੀ ਅੱਜ ਤੱਕ ਬੰਦ ਨਹੀਂ ਹੋਈ ਜਿਹੜੀ ਬਿਲਕੁਲ ਅਵੈਧ ਚੱਲ ਰਹੀ ਹੈ, ਚਿੱਟੀ ਪਲੇਟ 'ਤੇ ਚੱਲ ਰਹੀ ਹੈ। ਬਲਾ ਕੰਪਨੀ ਬੰਦ ਨਹੀਂ ਹੋਈ ਜਿਹ 'ਚ ਚਿੱਟੀ ਪਲੇਟ ਸਵਾਰੀਆਂ ਪ੍ਰਸ਼ਾਸਨ ਦੇ ਅਧਿਕਾਰ ਹੀ ਲੈ ਕੇ ਜਾ ਰਹੇ ਨੇ, ਭਰ ਕੇ ਸਰਕਾਰ ਦੇ ਮੁਲਾਜ਼ਮ, ਜਿਹੜਾ ਕਿਸੇ ਬੰਦੇ ਨੂੰ ਕੋਈ ਰੈਵਨਿਊ ਨਹੀਂ ਦੇ ਰਹੇ, ਸਰਕਾਰ ਦਾ ਟੋਟਲੀ ਲੌਸ ਹੋ ਰਿਹਾ। ਐਸਟੀਏ ਚੰਡੀਗੜ੍ਹ, ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ, ਸਟੇਟ ਟਰਾਂਸਪੋਰਟ ਕਮਿਸ਼ਨਰ ਹਰਿਆਣਾ, ਮੈਂ ਤਾਂ ਕਹਿੰਦਾ ਜੀ ਮੁਰਦਾਬਾਦ ਹੈ, ਸਾਨੂੰ ਜਮਾਂ ਬੇੜਾ ਗਰਕ ਕਰਤਾ ਸਾਡੇ ਕੰਮ ਦਾ, ਜਮਾਂ ਅਸੀਂ ਭੁੱਖ ਨੰਦੀ ਦਾ ਤੇ ਆ ਗਏ ਜੀ। ਨਾ ਸਾਡੇ ਤੋਂ ਕਿਸ਼ਤ ਭਰਨ ਜੋਗੇ ਪੈਸੇ ਹੈ, ਨਾ CNG ਪਾਉਣ ਜੋਗੇ ਪੈਸੇ ਹੈ। ਉਸ ਤੋਂ ਬਾਅਦ ਇਹਨਾਂ ਕੰਮਾਂ 'ਤੇ ਜਦੋਂ ਅਸੀਂ ਹੜਤਾਲ ਕਰਦੇ ਹਾਂ, ਇਹ ਕੰਮਾਂ 'ਤੇ ਕਾਰਵਾਈ ਤਾਂ ਕੀ ਕਰਨੀ ਹੈ, ਉਲਟਾ ਸਾਡੇ 'ਤੇ ਚਲਾਨ ਕੱਟਣੇ ਸ਼ੁਰੂ ਕਰ ਦਿੰਦੇ ਅਗਲੇ ਦਿਨ। ਇਹ ਕਿੱਥੋਂ ਦਾ ਇਨਸਾਫ ਹੈ? ਆਹ ਪਿਛਲੇ 23 ਤਰੀਕ ਨੂੰ ਜਿਹੜਾ ਪ੍ਰੋਟੈਸਟ ਕੀਤਾ ਸੀ, ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਪ੍ਰਸ਼ਾਸਨ ਕਨੀ, ਨਾ ਬਾਈਕ ਟੈਕਸ ਬੰਦ ਹੋਈ, ਨਾ ਬਲਾ ਐਪਲੀਕੇਸ਼ਨ 'ਤੇ ਬੰਦ ਹੋਇਆ, ਨਾ ਵਾਈਟ ਪਲੇਟ 'ਤੇ ਜਿਹੜੀ ਟ੍ਰਿਬਿਊਨ ਚੌਂਕ ਤੋਂ ਸ਼ਰੇਆਮ ਚੱਲ ਰਹੀਆਂ ਜੀ। ਉਹ ਕਹਿੰਦੇ ਜੀ ਆਪਾਂ ਅੰਡਰਸਟੈਂਡ ਦਾ ਸਟੈਂਡ ਹੈ, ਪੰਡਿਤ ਜੀ ਦਾ ਤਾਂ ਭਰਾਂਗੇ, ਅਸੀਂ ਇੱਥੋਂ ਕਰਨਾਲ ਬਾਈਪਾਸ ਦਿੱਲੀ ਤੋਂ ਵੀ ਭਰਦੇ ਹਾਂ ਅਤੇ ਭਰਦੇ ਰਵਾਂਗੇ। ਕੱਲ੍ਹ ਵੀ ਮੈਂ ਉੱਥੇ ਜਾ ਕੇ ਦਰਖਾਸਤ ਦੇ ਕੇ ਆਇਆ ਜੀ, ਅੰਡਰਸੀਅਰ ਫੇਸ ਥਾਣੇ ਦੇ ਵਿੱਚ ਦਰਖਾਸਤ ਦੇ ਕੇ ਆਇਆ। ਨਾ ਪੁਲਿਸ ਵਾਲਾ ਕਹਿੰਦਾ ਜੀ ਸਾਡੇ ਕੋਲ ਰਾਈਟ ਹੀ ਨਹੀਂ ਇਹਨਾਂ ਨੂੰ ਰੋਕਣ ਦਾ, ਟ੍ਰੈਫਿਕ ਕਹਿੰਦੇ ਸਾਡੇ ਕੋਲ ਰਾਈਟ ਨਹੀਂ ਹੈ।
ਐਸਟੀਏ ਕਹਿੰਦੇ ਮੇਰੇ ਕੋਲ ਮੈਨ ਪਾਵਰ ਨਹੀਂ ਹੈ। ਐਸਟੀਏ ਨੂੰ 3 ਵਾਰੀ ਫੋਨ ਕੀਤਾ ਜੀ, ਉਹ ਫੋਨ ਹੀ ਨਹੀਂ ਚੱਕਦੇ, ਬੈਕ ਕਾਲ ਤੱਕ ਨਹੀਂ ਆਈ ਅੱਜ ਤੋਂ ਉਹ ਦਿਨ ਹੋ ਗਏ। ਕੱਲ੍ਹ ਵੀ ਗ੍ਰਹਿ ਸਚਿਵ ਸਾਹਿਬ ਨੂੰ ਮਿਲ ਕੇ ਆਏ, ਸਾਡਾ ਹੱਲ ਕਰਾ ਦਿਓ ਜੀ, ਅਸੀਂ ਮਰਨਾ ਤਾਂ ਵੈਸੇ ਹੀ ਹੈ, ਨਹੀਂ ਤਾਂ ਪ੍ਰਸ਼ਾਸਨ ਦੇ ਗੱਲ ਲਾ ਕੇ ਮਰਾਂਗੇ ਜੀ। ਇਸ ਤਾਂ ਸਿੱਧੀ ਜੀ ਗੱਲ ਇਹ, ਦੇਖੋ ਜੀ, ਅਸੀਂ ਇੱਥੋਂ 17 ਤੋਂ 9 ਸੈਕਟਰ ਹੈੱਡਕੁਆਰਟਰ ਦਾ ਕਿਹਾ ਸੀ ਸ਼ਾਂਤਮਈ ਪੈਦਲ, ਕੋਈ ਸਾਡਾ ਭੁੱਖੜਤਾਲ ਦਾ ਜਾਂ ਕੋਈ ਸਾਡੀ ਗੱਡੀ ਬੰਨਦਾ ਨਹੀਂਗਾ, ਅਸੀਂ ਪੈਦਲ ਜਾਣਾ ਚਾਹੁੰਦੇ ਹਾਂ। ਆਟੋ ਵਾਲੇ, ਕੈਬ ਆਟੋ ਵਾਲਿਆਂ ਦਾ ਵੀ ਵਰਦੀਆਂ ਦੇ ਚਲਾਨ ਹੋ ਰਹੇ ਹੈ ਜੀ, ਇਹਨਾਂ ਦਾ ਵੀ ਰਿਕਸ਼ਾ ਦਾ ਚੱਕਰ ਹੈ, ਅਤੇ ਬਾਈਕ ਟੈਕਸੀ ਦਾ ਮੁੱਦਾ ਇਹਨਾਂ ਦਾ ਵੀ ਹੈ ਜੀ, ਕਿਉਂਕਿ ਉਹ ਵਾਈਟ ਪਲੇਟ ਚੱਲ ਰਹੀ ਹੈ ਜੀ। ਮੰਗਾਂ ਸਾਡੀਆਂ ਮੰਨੀਆਂ ਜਾਣ ਜੀ, ਜਿਹੜੀ ਜਾਇਜ਼ ਹੈਗੀਆਂ ਨੇ। ਜੇ ਬਾਈਕ ਟੈਕਸੀ ਦਾ ਆਰਡਰ ਨਹੀਂ ਦਿੰਦਾ ਅੱਜ ਐਸਟੀਏ ਕਿ ਵਾਈਟ ਪਲੇਟ ਬਾਈਕ ਜਿਹੜੀ ਵੀ ਫੜੀ ਜਾਊਗੀ ਸਵੇਰੇ ਬਾਊਂਡ ਹੋਣੀ ਚਾਹੀਦੀ ਹੈ, ਔਰ ਉਸ ਬੰਦੇ 'ਤੇ ਐਕਸ਼ਨ ਨਾ ਹੋਵੇ ਜਿਹੜਾ ਐਪ ਦੇ ਉੱਤੇ ਚਲਾ ਰਿਹਾ, ਕਿਉਂਕਿ ਉਹਨੂੰ ਤਾਂ ਐਪਲੀਕੇਸ਼ਨ 'ਚ ਫੋਰਮੈਟ ਮਿਲਿਆ, ਉਹਨੇ ਚਲਾ ਲਈ। ਰੈਪਿਡੋ ਕੰਪਨੀ, ਓਲਾ ਕੰਪਨੀ ਜਿਹਦੇ 'ਤੇ ਬਣਿਆ, ਉਹਦੇ 'ਤੇ ਰਿਟਰਨ 1 ਲੱਖ ਰੁਪਏ 2 ਲੱਖ ਰੁਪਏ ਦਾ ਨੋਟਿਸ ਜਾਣਾ ਚਾਹੀਦਾ ਕਿ ਇਹਨੂੰ 2 ਲੱਖ ਰੁਪਏ ਦਾ ਜੁਰਮਾਨਾ ਮਿਲਿਆ। ਕਿਉਂਕਿ ਚਿੱਟੀ ਪਲੇਟ ਦੇ ਉੱਤੇ ਨਾ ਤਾਂ ਐਸਟੀਏ ਸਾਹਿਬ ਲਾਇਸੈਂਸ ਦੇ ਸਕਦੇ ਹੈ। 29,000-30,000 ਬਾਈਕ ਉਹਨਾਂ ਨੇ ਕਿਹਾ ਜੀ, 4 ਦਿਨ ਪਹਿਲਾਂ ਬਾਈਕ ਵਾਲਿਆਂ ਨੇ ਕਿਹਾ ਜੀ ਪਹਿਲੀ ਚੰਡੀਗੜ੍ਹ ਦੀ ਟੈਕਸੀ ਬਾਈਕ ਪੀਲੀ ਪਲੇਟ ਲੱਗੀ ਹੈ, 29,999 ਬਾਈਕ ਇਲੀਗਲ ਚੱਲ ਰਹੀ ਹੈ ਜੀ, ਫਿਰ ਉਹਨਾਂ 'ਤੇ ਐਕਸ਼ਨ ਲਓ। ਪਹਿਲਾਂ ਉਹਨਾਂ ਨੂੰ ਬੰਦ ਕਰੋ, ਉਹਨਾਂ ਦੀਆਂ ਵਰਦੀਆਂ ਪਾਓ, ਉਹਨਾਂ ਦੇ ਕਮਰਸ਼ਲ ਇੰਸ਼ੋਰੈਂਸ ਕਰਾਓ, ਉਹਨਾਂ ਨੂੰ ਪੀਲੀਆਂ ਪਲੇਟਾਂ 'ਚ ਕਨਵਰਟ ਕਰਾਓ, ਫਿਰ ਸਾਡੇ 'ਤੇ ਆਓ। ਅਸੀਂ ਤਾਂ ਪੀਲੀ ਪਲੇਟਾਂ 'ਚ ਚਲਾ ਰਹੇ ਹਾਂ, ਜਿਹੜਾ ਟੈਕਸੀ ਚਲਾ ਰਿਹਾ ਉਹਦੇ ਅੰਦਰ ਕੋਈ ਜਿੰਨ ਤਾਂ ਨਹੀਂ ਬੈਠਾ, ਉਹਦੇ ਅੰਦਰ ਡਰਾਈਵਰ ਹੀ ਬੈਠਾ ਜੀ। ਜੇ ਉਹਨੇ ਵਰਦੀ ਨਹੀਂ ਪਾਈ, ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਉਹ ਟੈਕਸੀ ਨਹੀਂ ਚਲਾ ਰਿਹਾ। ਪੀਲੀ ਪਲੇਟ ਦੇ ਅੰਦਰ ਜਿਹੜੀ ਸਵਾਰੀ ਬੈਠਦੀ ਉਹਨੂੰ ਪਤਾ ਹੈ ਕਿ ਟੈਕਸੀ ਹੈ, ਚਿੱਟੀ ਪਲੇਟ ਦੇ ਅੰਦਰ ਜਿਹੜਾ ਸਵਾਰੀ ਬੈਠ ਰਹੀ ਹੈ ਉਹਨੂੰ ਨਹੀਂ ਪਤਾ ਲੱਗ ਰਿਹਾ। ਦੱਸੋ, ਇੱਕ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਸਾਡੇ ਸੁਖਵਿੰਦਰ ਜੀ ਕਹਿੰਦੇ ਨੇ, ਜਸਵਿੰਦਰ ਜੀ ਕਹਿੰਦੇ ਨੇ, ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਇਹ ਤਾਂ ਵਿਜੀਬਲ ਅਫੈਂਸ ਹੀ ਨਹੀਂ ਹੈ, ਅਤੇ ਫਿਰ ਐਪ ਤੋਂ ਬੁੱਕ ਕਰਕੇ ਕਰ ਲਓ, 283 ਚਲਾਨ ਅਸੀਂ ਘਟਾ ਦੇ ਜੀ ਐਪ ਤੋਂ ਬੁੱਕ ਕਰਕੇ, ਤਾਂ ਪ੍ਰਸ਼ਾਸਨ ਨਹੀਂ ਕਰ ਸਕਦਾ। ਵੈਸੇ ਪ੍ਰਸ਼ਾਸਨ ਕਹਿੰਦਾ, ਚੰਡੀਗੜ੍ਹ ਦਾ ਪ੍ਰਸ਼ਾਸਨ ਕਹਿੰਦਾ ਅਸੀਂ ਡਿਜੀਟਲ ਹੀ ਬਹੁਤ ਹੈ, ਸਾਡੀ ਸੱਭਿਆਚਾਰ ਬਹੁਤ ਵਧੀਆ, ਅਸੀਂ ਤਾਂ ਬੜੇ ਫਾਰਵਰਡ ਹੈ, ਅਤੇ ਸਾਹਮਣੇ ਜਿਹੜੇ ਚੱਲ ਰਹੀਆਂ ਸਾਡੇ ਖੁਦ ਦੇ ਮੁਲਾਜ਼ਮ, ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਮੁਲਾਜ਼ਮ, ਐਡਮਿਨਿਸਟ੍ਰੇਸ਼ਨ ਦੇ ਮੁਲਾਜ਼ਮ ਖੁਦ ਬਾਈਕ ਯੂਜ਼ ਕਰ ਰਹੇ ਹੈ ਜੀ, ਖੁਦ ਬਲਾ ਬਲਾ ਯੂਜ਼ ਕਰ ਰਹੇ ਹੈ, ਅਤੇ ਐਸਟੀਏ ਪ੍ਰਸ਼ਾਸਨ ਸੁੱਤਾ ਪਿਆ। ਅਸੀਂ ਇਹੀ ਕਹਿੰਦੇ ਜੀ, ਐਸਟੀਏ ਪ੍ਰਸ਼ਾਸਨ ਪਹਿਲਾਂ ਬਾਈਕ ਟੈਕਸੀ 'ਤੇ ਅੱਜ ਹੀ ਸਾਨੂੰ ਰਿਟਰਨ 'ਚ ਲਿਖ ਕੇ ਦੇਵੇ ਵੀ ਕੱਲ੍ਹ ਨੂੰ ਹਰੇਕ ਐਪ ਦੇ ਉੱਤੇ ਚਿੱਟੀ ਪਲੇਟ ਬਾਈਕ ਜਿਹੜੀ ਫੜੀ ਜਾਊਗੀ ਉਹਦੇ 'ਤੇ ਆਧਾਰ 'ਤੇ 1 ਲੱਖ ਰੁਪਏ ਦਾ ਕੰਪਨੀ ਨੂੰ ਜੁਰਮਾਨਾ ਕੀਤਾ ਜਾਏਗਾ, ਬਾਈਕ ਵਾਲੇ ਦਾ ਜੁਰਮਾਨਾ ਅਲੱਗ ਕੀਤਾ ਜਾਏਗਾ, ਅਤੇ ਚਿੱਟੀ ਪਲੇਟ 'ਤੇ ਉਹ ਫੌਰਨ ਨਹੀਂ ਬੰਦ ਹੈ। ਜੇ ਪੀਲੀ ਪਲੇਟ ਚੰਡੀਗੜ੍ਹ ਦੀ ਕਰਾਉਣ ਤਾਂ ਕਰਾਉਣ, ਨਾਲ ਪਾਲਿਸੀ ਦੇ ਵਿੱਚ ਇਹ ਵੀ ਲਿਖਿਆ ਕਿ ਜਿਹੜੀ ਚੰਡੀਗੜ੍ਹ ਦੇ ਵਿੱਚ ਜਿਹੜਾ ਲਾਇਸੈਂਸ ਦਿੱਤਾ ਉਹਦੇ 'ਚ ਸਿਰਫ ਚੰਡੀਗੜ੍ਹ ਦੀ ਬਾਈਕ ਟੈਕਸੀ ਨੂੰ ਲਾਇਸੈਂਸ ਮਿਲਿਆ, ਨਾ ਉਹ 'ਚ ਆਰ ਜੇ ਚੱਲ ਸਕਦੀ ਹੈ, ਨਾ ਦਿੱਲੀ ਚੱਲ ਸਕਦੀ ਹੈ, ਨਾ ਪੀ ਬੀ ਚੱਲ ਸਕਦੀ ਹੈ, ਨਾ ਹਰਿਆਣਾ ਚੱਲ ਸਕਦੀ ਹੈ, ਅਤੇ ਫਿਰ ਸਾਰੀਆਂ ਚੱਲ ਰਹੀਆਂ, ਯੂਪੀ ਸਾਨੂੰ, ਉੱਤਰਾਖੰਡ ਜਾਦੂ, ਐਚ ਪੀ, ਉਹ ਸਾਨੂੰ ਉੱਥੇ ਕੁੱਟ ਮਾਰ ਰਿਹਾ, ਉਹ ਸਾਨੂੰ ਕੁੱਟ ਮਾਰ ਰਹੇ ਹੈ ਜੀ, ਅਸੀਂ ਉਹਨਾਂ ਨੂੰ ਸਵਾਰੀਆਂ ਢੋ ਢੋ ਕੇ ਦੇ ਰਹੇ ਹਾਂ, ਇੱਥੋਂ ਵੀ ਦੇ ਰਹੇ ਹਾਂ ਸ਼ਹਿਰ 'ਚ, ਔਰ ਲੋਕਲ ਓਲਾ ਉਬਰ ਦੇ ਵਿੱਚ, ਆਪਣੀ ਹਿਮਾਚਲ ਦੀ ਗੱਲ ਨਹੀਂ, ਓਲਾ ਉਬਰ ਲੋਕਲ, ਯੂਪੀ ਆਰ ਜੇ ਜਿੰਨੀਆਂ ਬਾਈਕਾਂ ਚੱਲ ਰਹੀਆਂ ਉਨੀਆਂ ਗੱਡੀਆਂ ਵੀ ਲੋਕਲ ਚੱਲ ਰਹੀਆਂ। ਜੇ ਅਸੀਂ ਉਹਨਾਂ ਨੂੰ ਰੋਕਦੇ ਹਾਂ ਉਹ ਕਹਿੰਦੇ ਤੁਹਾਡੇ ਤੋਂ ਹੁੰਦਾ ਜੋ ਕਰ ਲਓ, ਫਿਰ ਅਸੀਂ ਜਾਈਏ ਤਾਂ ਜਾਈਏ ਕਿੱਥੇ, ਪ੍ਰਸ਼ਾਸਨ ਸਾਡਾ ਸਾਥ ਨਹੀਂ ਦਿੰਦਾ। ਐਸਟੀਏ ਕੋਲ ਜਾਂਦੇ ਉਹ ਕਹਿੰਦੇ ਜੀ 18 ਸੈਕਟਰ ਜਾਂਦੇ, ਉਹਨਾਂ ਦਾ ਦਫ਼ਤਰ ਹੈ, ਗੱਡੀ ਨੂੰ ਬਿਠਾ ਕੇ ਲੈ ਕੇ ਗਏ ਜੀ, ਆਹ ਵਾਈਟ ਪਲੇਟ ਦਾ ਚਲਾਨ ਕਰ ਲਓ, 18 ਸੈਕਟਰ ਮੈਂ ਲੈ ਕੇ ਗਿਆ ਖੁਦ, ਕਹਿੰਦੇ ਅਸੀਂ ਨਹੀਂ ਕਰ ਸਕਦੇ, ਸਾਡੇ ਕੋਲ ਪਾਵਰ ਨਹੀਂ, ਐਂ ਕਰੋ ਤੁਸੀਂ 17 ਸੈਕਟਰ ਚਲ ਜਾਓ, ਐਸਟੀਏ ਸਾਹਿਬ ਉੱਥੇ ਬੈਠੇ ਹੈ, ਰੁਪੇਸ਼ ਕੁਮਾਰ ਜੀ ਜੋ IAS ਆਫਿਸਰ ਵੀ ਹੈ, ADC ਦਾ ਚਾਰਜ ਵੀ ਹੈ। ਉਸ ਤੋਂ ਬਾਅਦ ਉਹ ਕਹਿੰਦੇ ਜੀ ਨਹੀਂ ਜੀ, ਚਿਲਡਰਨ ਪਾਰਕ ਚਲੇ ਜਾਓ, ਰਵਿੰਦਰ ਸੈਣੀ ਜੀ ਉੱਥੇ ਬੈਠਦੇ ਆ, ਉਹ ਪਾਸਿੰਗ ਕਰਦੇ ਆ, ਲਾਇਸੈਂਸ ਦਾ ਕੰਮ ਕਰਾਉਂਦੇ ਆ, ਉਹ ਕਹਿੰਦੇ ਮੈਂ ਧਨਾਸ ਗਿਆ ਹੋਇਆ, ਮੈਂ 4 ਘੰਟੇ ਜੀ ਤੁੰਦਾ ਰਿਹਾ ਅਤੇ ਚਲਾਨ ਹੋਇਆ ਹੀ ਨਹੀਂ, ਅਸੀਂ ਭੁੱਖ ਹੜਤਾਲ 'ਤੇ ਬਹਿ ਜੂੰਗਾ ਜੀ, ਮੈਂ ਅੱਜ ਤੋਂ ਪਹਿਲਾਂ ਵੀ ਬੈਠਾ 12 ਦਿਨ, ਮੈਂ ਹੁਣ ਵੀ ਭੁੱਖ ਹੜਤਾਲ 'ਤੇ ਬਹਿ ਜੂੰਗਾ ਜੇ ਅੱਜ ਇਹਨਾਂ ਨੇ ਫੈਸਲਾ ਲਿਆ ਕੋਈ। ਅਸੀਂ ਰੋਜ਼ ਰੋਜ਼ ਨਹੀਂ ਇਕੱਠੇ ਹੋ ਸਕਦੇ ਜੀ, ਸਾਡਾ ਕੰਮ ਬਹੁਤ ਸਫ਼ਰ ਕਰਦਾ, ਅਸੀਂ ਰੋਜ਼ 500-700 ਰੁਪਏ ਇਕੱਠਾ ਕਰਕੇ ਕਿਸ਼ਤ ਭਰ ਰਹੇ ਹਾਂ, ਜੇ ਸਾਡਾ ਰੇਟ ਮਿਨੀਮਮ ਤੈਅ ਨਹੀਂ ਹੋਊਗਾ ਅਸੀਂ ਅੱਜ ਮਰਨ ਵਰਤੇ ਬਹਿ ਜਾਂਗੇ ਇੱਥੇ। ਇਹ ਜੋ ਅੱਜ ਕਾ ਜੋ ਪ੍ਰਦਰਸ਼ਨ ਹੈ ਵੋ ਆਟੋ ਔਰ ਕੈਬ ਕੀ ਤਰਫ ਸੇ ਪ੍ਰਦਰਸ਼ਨ ਹੈ, ਜਿਸੇ ਹਮ ਕਹਿ ਸਕਤੇ ਹੈ ਕਿ ਸੰਯੁਕਤ ਮੋਰਚਾ ਆਟੋ ਔਰ ਕੈਬ ਕਾ। ਅਬ ਤੱਕ ਤੋ ਆਪਨੇ ਕਿਸਾਨੋਂ ਕਾ ਸੰਯੁਕਤ ਮੋਰਚਾ ਸੁਣਾ ਥਾ, ਲੇਕਿਨ ਪਿਛਲੇ 3 ਸਾਲ ਸੇ ਆਪ
ऑटो और कैब का भी संयुक्त मोर्चा सुन रहे हैं, वो आप आज आपको देखने को मिल भी रहा है। उधर टैक्सी खड़ी है, इधर ऑटो खड़े हैं। और जो ऑटो वालों की जो परेशानी है, जैसे आपको पता है कि गर्मी चल रही है, छुट्टियां पड़ी हुई हैं, स्कूल बंद है, सवारी है नहीं है, और फिर ट्रैफिक पुलिस नाजायज चलान कर रही है, ठीक है। और जो ई रिक्शा चल रहा है उसका लाइव डेमो देख सकते हैं, बिना नंबर के ई रिक्शा चंडीगढ़ में चल रहे हैं बिना नंबर के, और वो आठ आठ सवारी नौ नौ सवारी बिठा रहे हैं। ऊपर भी माल है, नीचे भी माल है, उनका कोई चलान नहीं है। हमारे पास रिटर्न में ऑर्डर है, पीछे एडवाइजर साहब जो थे उन्होंने कहा था भी शनिवार और इतवार को वर्दी का चलान नहीं होगा, क्योंकि अगर एक ऑटो वाला एक वर्दी लगातार पहनेगा तो इतनी गोबर में नहीं स्मेल आएगी जितनी उसकी वर्दी में स्मेल आएगी, ठीक है ना। तो गर्मी बहुत ज़्यादा है और एक यूनिफॉर्म लगातार कोई भी व्यक्ति आठ दिन नहीं पहन सकता। अब हमारे शनिवार इतवार को भी वर्दी के चलान हो रहे हैं। सडनली में एक यही व्यक्ति है जो कल बच्चे को लेकर जी जा रहा था, और वो एक पुलिस वाले ट्रैफिक वाले कहते हैं इनको चार बच्चों का चलान कर रहे हैं, और बड़े इन्होंने हाथ पैर भी जोड़े। और क्या कहा इन्होंने, जब प्रधान जी का नाम लिया तो वो क्या बोलते हैं बड़े एटीट्यूड में, कि तेरा चलान तो बाद में करूंगा, पहले तेरे प्रधान की गाड़ी बंद करूंगा। भगवान का शुक्र है, मैं बस इतना ही कहना चाहता हूं कि आपकी बॉडी पर सर वर्दी है, हम वर्दी की इज्जत करते हैं। अगर वर्दी ना होती तो आप जहां दिल करे ना वहां चैलेंज है आपको हमारा, आप एक सिविलियन के तौर पर जब मर्जी लड़ लेना, जब मर्जी कर लेना, हमें कोई दिक्कत नहीं है। ऑटो यूनियन, ऑटो यूनियन, हमारे भी माँ ने दूध पिलाया है। जिस प्रकार से ट्रैफिक पुलिस आज चंडीगढ़ के ऑटो वालों को गालियां देती है, थप्पड़ मारती है, बहुत बहुत इतना ज्यादा परेशान है, माँ बहन हिंदी के, ठीक है। आप जरा आप इनका जरा दिखाइए, जरा आपकी नई गाड़ी है, खाली गाड़ी, ये लो जी लाइव डेमो दिखा रहा हूँ मैं आपको। अभी सर नंबर नहीं आया, शोरूम से निकाल के लाए हैं गाड़ी को, ठीक है, और वो बाकी डॉक्यूमेंट्स ओके है, बंदा खाली जा रहा है। लीजिए मैं आपको बहुत सारे ऐसे चलान दिखा दूंगा, बहुत सारे ऐसे चलान है हमारे पास, आप लाइन लग जाएगी, रहने दो बस काफी है, बहुत सारे चलान है। सर हम क्या बिगाड़ रहे हैं भैया, आपका अपने अपने चलान ले, हम क्या बिगाड़ रहे हैं, 20-20 हज़ार रुपए का चलान कर रहे हो आप लोग किस वास्ते। सबसे बड़ी बात, चंडीगढ़ ट्रैफिक पुलिस को बोलने का तरीका बिल्कुल नहीं है, इतना गलत बिहेव करती है जैसे हम लोग बिना मतलब वीजा के पाकिस्तान से आए हुए हैं, इस प्रकार का बिहेव हमारे साथ करती है। हम मजबूर हुए हैं, आज शाम को जब हम अपने घर जाते हैं ना, अपने जब घर जाते हैं तो बच्चे हमारे ये देखते हैं कि पापा हमारे लिए फ्रूट लाएगा, पापा ये लाएगा, बट पापा का हालात खराब है, 20-20 हज़ार रुपए का चलान भर रहे हैं पापा, कहाँ से हम अपने बच्चों को पालेंगे। डिमांड हमारी ये है कि शनिवार इतवार हमारा जो चलान ना किया जाए वर्दी का, सेकंड हमारे को सवारी का अलाउड किया जाए, तीसरा इम्पोर्टेंट ये है कि जो बाहर से ऑटो आ रहे हैं उनको आप रोक लगाइए, जो बाहर से आ रहे हैं आठ आठ दस दस सवारी बिठा रहे हैं उनका आप चलान नहीं कर रहे हैं, वो इंसिडेंट कर रहे हैं, टारगेट हमें कर रहे हैं। और ई रिक्शा को आप प्लीज बैन कीजिए, क्योंकि ट्रांसपोर्ट मंत्री नितिन गडकरी की स्टेटमेंट भी है, रिटर्न में ऑर्डर भी है, जो ई रिक्शा है वो सेक्टर के अंदर चल सकता है, कॉलोनी के अंदर चल सकता है, ना कि वो किसी भी एनएचएस पे चल सकता है। ध्यान रहे इस बात का, उस ई रिक्शा को अलाउड ही नहीं है। 95% मैं आपको दिखा सकता हूँ कि जो ई रिक्शा है वो बिना नंबर का चल रहा है, उनका कोई चलान ही नहीं है, तो हमारे साथ ऐसा भेदभाव क्यों है। हमारी ये लेक पर खड़ी गाड़ियाँ जो कि विदाउट विद परमिट है, विदाउट पूरे डॉक्यूमेंट हैं, उनको गाड़ी गेट बंद करके, गेट के ऊपर जीप लगा के उनको खड़ के गाड़ियाँ विदाउट परमिट विदाउट डॉक्यूमेंट बंद की हैं, जो कि एक नजायज़ है, और ऐसे DSP के साथ कार्रवाई होनी चाहिए। क्या नाम उसका, उसका नाम क्या है DSP का, दिलबाग सिंह, ये दिलबाग सिंह DSP है, जो पुलिस वाला नहीं है, बदमाश है एक नंबर का, उसको उस सारे को पकड़ना चाहिए और उसको सस्पेंड करना चाहिए। हमारी सबसे मेन डिमांड ये है कि उस दिलबाग सिंह को सस्पेंड करना चाहिए और उसको बिल्कुल पुलिस से हटाना चाहिए। आपकी गाड़ियां जो है वो बैन किए जा रही है, आखिर क्यों, क्या मामला है? चंडीगढ़ के अंदर गाड़ियां पाज पूरे हैं, गाड़ियां चल रही हैं, बोलो उन्होंने एक टारगेट रखा है
कि हमने इतना चलान कर रहे रोज के, कोई मतलब नहीं कि कोई चक्कर नहीं है, उस टारगेट को पूरा करने के लिए सब कुछ दे रखे कि आपने 20 चलान कर रहे हैं। यार था हॉलदार को, हर सिपाही को, एक थानेदार को कि ये 20 चलान आपने करने ही करना है जो मर्जी, और ये 3 महीने हो गए हैं, लोग इतने परेशान हैं ये बताने से। यही हाल हमारे और टैक्सी वालों का है, आप देखो टैक्सी वाले भी परेशान है। बच्चे पालेगा चलान भरेगा, स्कूल में जाए बच्चों को पढ़ाए या चलान भरे या किस्त भरे, कहाँ से करे, क्या करे, रेंट पे रहते हैं 8-8, 10-10 हजार रुपए किराया उनका, बच्चों को पढ़ाए क्या करे, इससे अच्छा तो फांसी दे दो, रोजगार दे दो हमें, इससे अच्छा फांसी दे दो, चलने दे दो। दो बच्चे हैं और दो सवारी हैं, उसको बोलेंगे ओवरलोड है और इसका चलान होगा सर। और रॉक गार्डन पे खास करके पिक एंड ड्रॉप की कोई सुविधा नहीं है, उसको मतलब सवारी उतारेगा बंदा वैसे ही चलान कर देते, कई की गाड़ी बंद कर देते साथ के साथ, चार गाड़ी पहले भी कोई बात भी नहीं सुनते हम लोगों की, और बेचारे रोते हुए हम लोग वहां से चले जाते हैं सर।